ख्याल पता ही सी इस तरह होने दे चांस हैगे ने, पता चल गया सी की कारण हैगे ने, क्योंकि असी अपने हक राकी सिंह दे हक्कां दीआं मंगां दी एक लिस्ट बना के सिंह साहब ने दित्ती सी। सिंह साहब जी ने उहदे उत्ते ते कोई कार्रवाई कीती नहीं है, पर साडे ते जरूर होई है कार्रवाई। फैसला लिया के बदली की पर ज्वाइन नहीं करांगे, ये फैसला क्यों लिता गया? ये एक मिठे तौर पे विरोध हुंदा है जी। मेरे विरोध कारण का दूसरा कारण भी है कि मैं इत्थे एक बहुत बड़ी अकैडमी चला रहा हूं, संत हरदेव सिंह संगीत विद्यालय। पहली गल तो मैं आप जी दसदा, मैं तंत साज का विरोध नहीं किया। मैं ये क्या किया सीगा कि तुसी इहदा तरीका बदल लो, तुहाडा तरीका गलत है। ਉਹਦਾ ਮੈਨੂੰ ਲੱਗਦਾ ਇਸ ਗੱਲ ਦਾ ਉਹਨਾਂ ਨੂੰ ਗੁੱਸਾ ਲੱਗਾ ਹੋਏਗਾ, ਤਾਂ ਹੀ ਮੇਰੀ ਉਹਨਾਂ ਨੇ ਬਦਲੀ ਕੀਤੀ ਹੈ। ਸਾਰੀ ਗੱਲ ਦਾ ਪਤਾ, ਹੁਣ ਜੇ ਕਿਸੇ ਨੂੰ ਬੋਲਣ ਨੂੰ ਬੰਦ ਕਰਾਉਣਾ ਹੋਵੇ ਤਾਂ ਉਹਨੂੰ ਕਿਤੇ ਨਾ ਕਿਤੇ ਦਾਵਤ ਦੇਵਾਂਗੇ ਨਾ। ਹੁਣ ਕਿੰਨੀ ਕੋਈ ਦਾਵਤ ਚੱਲਦਾ ਜਾਂ ਕਿੱਦਾਂ ਇਹ ਤਾਂ ਵਾਲਾ ਸਮਾਂ ਦੱਸੋ। ਇੱਕ ਤਾਂ ਮੇਰੇ ਨਾਲ ਧੱਕੇਸ਼ਾਹੀ ਹੋਈ ਹੈ ਕਿ ਮੈਨੂੰ ਬਿਨਾਂ ਕਾਰਨ ਤੋਂ ਤੁਸੀਂ ਬਦਲਿਆ। ਜੇ ਮੇਰੀ ਸਰਵਿਸ ਵਿੱਚ ਕੋਈ ਗਲਤੀ ਸੀ ਤਾਂ ਮੈਨੂੰ ਜ਼ਰੂਰ ਦੱਸ ਦਿਓ, ਜੇ ਮੇਰੇ ਅਲਫਾਜ਼ਾਂ ਵਿੱਚ ਕੋਈ ਗਲਤੀ ਹੈ ਮੇਰੇ ਸਾਹਮਣੇ ਰੱਖੋ, ਮੈਂ ਕਲੈਰੀਫਾਈ ਕਰਦਾ। ਸਾਡੇ ਵਾਸਤੇ ਉਹਨਾਂ ਹੀ ਸਤਿਕਾਰਯੋਗ ਸਥਾਨ ਹੋਊਗਾ, ਮੱਥਾ ਟੇਕਣ ਜਾਵਾਂਗੇ, ਉਂਝ ਕਿਤੇ ਕੀਰਤਨ ਮਿਲੂਗਾ ਕਰਾਂਗੇ। ਪਰ ਜੇ ਪੱਕੇ ਤੌਰ 'ਤੇ ਤੁਸੀਂ ਕਹੋ ਕਿ ਤੈਨੂੰ ਦਬਾ ਕੇ ਇੱਥੋਂ ਉੱਥੇ ਭੇਜਣਾ, ਉਹ ਨਹੀਂ ਹੋ ਸਕਦਾ। ਹੋਰ ਤੁਹਾਨੂੰ ਰਾਕੀ ਸਿੰਘ ਜ਼ਿਆਦਾ ਪਿਆਰ ਕਰਦੇ, ਤੁਸੀਂ ਆਪਣਾ ਆਪੇ ਹੀ ਵਿਰੋਧ ਕਰਾ ਰਹੇ, ਅਸੀਂ ਕਰ ਨਹੀਂ ਰਹੇ। ਜਹਿਦਰ ਸਾਹਿਬ ਰਾਕੀ ਸਿੰਘਾਂ ਨਾਲ ਖਲੋਣ, ਪ੍ਰਚਾਰਕਾਂ ਨਾਲ ਖਲੋਣ, ਗ੍ਰੰਥੀਆਂ ਨਾਲ ਖਲੋਣ, ਤੇ ਸਤਿਕਾਰ ਵਿੱਚ ਉਹਨਾਂ ਦੇ ਵੀ ਤੇ ਗ੍ਰੰਥੀ ਸਿੰਘਾਂ ਦੇ ਸਤਿਕਾਰ ਵਿੱਚ ਬਹੁਤ ਵੱਡਾ ਵਾਧਾ ਹੋ ਸਕਦਾ। ਕਾਫੀ ਰਾਗੀ ਡਰ ਚੁੱਕੇ ਨੇ ਕਿ ਭਾਈ ਗੁਰਦੇਵ ਸਿੰਘ ਤੇ ਅਗਰ ਕਾਰਵਾਈ ਹੋ ਸਕਦੀ, ਇੰਨੇ ਪੁਰਾਣੇ ਰਾਗੀਆਂ ਦੇ ਨਵਿਆਂ ਦਾ ਕੀ ਹਾਲ ਹੋ। ਸਾਡੀ ਇਸ ਚੈਪਟਰ ਤੋਂ ਬਾਅਦ ਕਦੀ ਮੈਨੂੰ ਨਹੀਂ ਲੱਗਦਾ ਕਿ ਮੁੜ ਕੇ ਇਹ ਚੈਪਟਰ ਦੁਬਾਰਾ ਓਪਨ ਹੋਊਗਾ, ਕਿਉਂਕਿ ਇੱਕ ਖਲਾਅ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ ਕਿ ਹਾਂ ਇਹ ਇੱਦਾਂ ਹੀ ਕਰਦੇ। ਤੋ ਫਿਰ ਅਸੀਂ ਕਿੱਥੋਂ ਹੁਣ ਉਮੀਦ ਕਰੀਏ? ਕੋਈ ਹੈ ਐਸੀ ਜਗ੍ਹਾ ਜਿੱਥੇ ਜਾ ਕੇ ਅਸੀਂ ਇਹ ਸ਼ਿਕਾਇਤ ਕਰ ਸਕੀਏ ਕਿ ਸਾਡੀ ਸੁਣੀ ਨਹੀਂ ਗਈ ਜੀ? ਸਾਡੇ ਵਾਸਤੇ ਤਾਂ ਹੁਣ ਜਗ੍ਹਾ ਕੋਈ ਨਹੀਂ ਹੈ। ਬੀਤੇ ਸਮੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਬਿਆਨ ਜਾਰੀ ਹੁੰਦਾ ਕਿ ਤੰਤੀ ਸਾਜ਼ਾਂ ਤੇ ਕੀਰਤਨ ਸ਼ੁਰੂ ਹੋਏਗਾ। ਉਸ ਤੋਂ ਬਾਅਦ ਹੀ ਭਾਈ ਗੁਰਦੇਵ ਸਿੰਘ ਨਾਲ ਗੱਲਬਾਤ ਵੀ ਕੀਤੀ ਸੀ, ਜੋ ਹਾਰਮੋਨੀਅਮ ਤੇ ਜੋ ਵਿਵਾਦ ਹਾਰਮੋਨੀਅਮ ਬਨਾਮ ਤੰਤੀ ਸਾਜ਼ ਇੱਕ ਮੁੱਦਾ ਬਣ ਗਿਆ ਸੀ, ਉਸ ਦੇ ਉੱਤੇ ਅਸੀਂ ਗੱਲਬਾਤ ਵੀ ਕੀਤੀ ਹੈ। ਔਰ ਹਾਲ ਹੀ ਦੇ ਵਿੱਚ ਭਾਈ ਗੁਰਦੇਵ ਸਿੰਘ ਕੋਲ ਪਹੁੰਚੇ ਹਾਂ ਜਾਣਕਾਰੀ ਲੈਣ ਦੇ ਲਈ ਕਿ ਇੱਕੋ ਦਮ ਤਬਾਦਲਾ ਕੀਤਾ ਗਿਆ ਤਲਵੰਡੀ ਸਾਬੋ, ਔਰ ਸਭ ਤੋਂ ਵੱਡੀ ਖਬਰ ਕਿ ਉਹਨਾਂ ਨੇ ਜੁਆਇਨ ਕਰਨ ਤੋਂ ਮਨਾ ਕਰ ਦਿੱਤਾ, ਔਰ ਸਾਰਾ ਮਾਮਲਾ ਕੀ ਹੈ ਜਾਣ ਲੈਂਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕੋ ਦਮ ਤਬਾਦਲਾ ਜਦੋਂ ਹੁੰਦਾ, ਚਿੱਠੀ ਆਉਂਦੀ ਹੈ, ਮਨ ਦੇ ਵਿੱਚ ਕੀ ਆਉਂਦਾ ਸਭ ਤੋਂ ਪਹਿਲਾਂ ਖਿਆਲ ਕੀ ਆਇਆ? ਖਿਆਲ ਪਤਾ ਹੀ ਸੀ ਇਸ ਤਰ੍ਹਾਂ ਹੋਣ ਦੇ ਚਾਂਸ ਹੈਗੇ ਨੇ। ਮੈਂ ਉਸ ਵਕਤ ਛੁੱਟੀ ਤੇ ਸੀਗਾ 3 ਦਿਨ ਲਈ, ਤੇ ਮੈਂ ਸ਼੍ਰੀਨਗਰ ਗਿਆ ਹੋਇਆ ਸੀ। ਉੱਥੇ ਬਾਅਦ ਚ ਮੈਨੂੰ ਫੋਨ ਆਇਆ ਕਿ ਤੁਹਾਡੀ ਬਦਲੀ ਹੋ ਗਈ ਹੈ। ਮੈਂ ਕਿਹਾ ਠੀਕ ਹੈ, ਚਲੋ ਕੋਈ ਗੱਲ ਨਹੀਂ। ਪਰ ਜਦੋਂ ਮੈਂ ਬਦਲੀ ਦੇ ਹੋਣ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਹਾ ਮੈਂ ਕੋਈ ਗਲਤੀ ਤਾਂ ਕੀਤੀ ਨਹੀਂ ਆ, ਮੇਰੀ ਬਦਲੀ ਕਿਉਂ ਹੋਈ ਆ? ਤੋ ਫਿਰ ਪਤਾ ਚੱਲ ਗਿਆ ਸੀ ਕੀ ਕਾਰਨ ਹੈਗੇ ਨੇ, ਕਿਉਂਕਿ ਅਸੀਂ ਆਪਣੇ ਹੱਕ ਰਾਗੀ ਸਿੰਘਾਂ ਦੇ ਹੱਕਾਂ ਦੀਆਂ ਮੰਗਾਂ ਦੀ ਇੱਕ ਲਿਸਟ ਬਣਾ ਕੇ ਸਿੰਘ ਸਾਹਿਬ ਜੀ ਨੂੰ ਦਿੱਤੀ ਸੀਗੀ। ਸਿੰਘ ਸਾਹਿਬ ਜੀ ਨੇ ਉਹਦੇ ਉੱਤੇ ਤੇ ਕੋਈ ਕਾਰਵਾਈ ਕੀਤੀ ਨਹੀਂ ਹੈ, ਪਰ ਸਾਡੇ ਤੇ ਜ਼ਰੂਰ ਹੋਈ ਹੈ ਕਾਰਵਾਈ। ਸਿਰਫ ਤੁਹਾਡੇ ਤੇ ਕਾਰਵਾਈ ਹੋਈ ਹੈ ਕਿ ਤਬਾਦਲਾ ਕੀਤਾ ਗਿਆ ਤੁਹਾਡਾ ਜਾਂ ਬਾਕੀ ਕਿਸੇ ਹੋਰ ਦਾ? ਅਜੇ ਤੱਕ ਤੇ ਮੇਰਾ ਹੀ ਆ। ਆਉਣ ਵਾਲੇ ਦਿਨਾਂ 'ਚ ਜਿਹੜੇ ਰਾਗੀ ਸਿੰਘ ਸਾਡੇ ਬੋਲਦੇ ਰਹੇ ਆ ਜਾਂ ਇੰਟਰਵਿਊ ਕਰਦੇ ਰਹੇ ਆ ਜਾਂ ਆਪਣੇ ਹੱਕਾਂ ਦੀ ਆਵਾਜ਼ ਉਠਾਉਂਦੇ ਰਹੇ ਕਿਸੇ ਰੂਪ ਵਿੱਚ ਵੀ, ਉਹਨਾਂ ਤੇ ਵੀ ਸਾਰਿਆਂ ਤੇ ਕਾਰਵਾਈ ਹੋਣ ਦੀ ਸੰਭਾਵਨਾ ਹੈਗੀ ਆ। ਤੁਸੀਂ ਫੈਸਲਾ ਲਿਆ ਕੇ ਬਦਲੀ ਕੀਤੀ ਗਈ ਪਰ ਜੁਆਇਨ ਨਹੀਂ ਕਰਾਂਗੇ, ਇਹ ਫੈਸਲਾ ਕਿਉਂ ਲਿੱਤਾ ਗਿਆ? ਇਹ ਇੱਕ ਮਿੱਠੇ ਤੌਰ ਤੇ ਵਿਰੋਧ ਹੁੰਦਾ ਜੀ, ਕਿ ਜਦੋਂ ਤੁਸੀਂ ਸੱਚੇ ਹੁੰਦੇ ਆ ਬਿਨਾਂ ਕਾਰਨ ਤੋਂ ਤੁਹਾਡੀ ਬਦਲੀ ਹੁੰਦੀ ਹੈ, ਤੇ ਫਿਰ ਹੋਰ ਕੋਈ ਤੁਹਾਡੇ ਕੋਈ ਚਾਰਾ ਨਹੀਂ ਹੁੰਦਾ। ਤੇ ਨਾਲ ਮੈਂ
ਮੇਰੇ ਵਿਰੋਧ ਕਰਨ ਦਾ ਦੂਸਰਾ ਕਾਰਨ ਵੀ ਹੈ ਕਿ ਮੈਂ ਇੱਥੇ ਇੱਕ ਬਹੁਤ ਵੱਡੀ ਅਕੈਡਮੀ ਚਲਾ ਰਿਹਾ ਵਾਂ, ਸੰਤ ਹਰਦੇਵ ਸਿੰਘ ਸੰਗੀਤ ਵਿਦਿਆਲਾ, ਜਿਹਦੇ ਵਿੱਚ ਮੇਰੇ ਕੋਲ 15 ਬੱਚੇ ਇਸ ਵੇਲੇ ਮੌਜੂਦਾ ਪੜ੍ਹ ਰਹੇ ਨੇ, ਅਤੇ ਰੋਜ਼ ਅਸੀਂ ਉਹਨਾਂ ਨੂੰ ਕੀਰਤਨ ਸਿਖਾਉਣਾ ਹੁੰਦਾ, ਰੋਜ਼ ਅਸੀਂ ਉਹਨਾਂ ਦੇ ਨਾਲ ਰਹਿਣਾ ਹੁੰਦਾ। ਨਿਸ਼ਕਾਮ ਸੇਵਾ? ਬਿਲਕੁਲ ਨਿਸ਼ਕਾਮ ਸੇਵਾ। ਅਤੇ ਅਸੀਂ ਜਦੋਂ ਬਾਹਰ ਅੰਦਰ ਜਾਂਦੇ ਹਾਂ ਕਿਤੇ, ਅਤੇ 2-3 ਦਿਨਾਂ ਵਿੱਚ ਅਸੀਂ ਵਾਪਸ ਆ ਜਾਂਦੇ ਹਾਂ, ਮਗਰੋਂ ਟੀਚਰ ਸਾਹਿਬ ਵੀ ਲੱਗੇ ਹੋਏ ਨੇ ਦਿੱਪਰ ਰਾਜ ਜੀ, ਅਤੇ ਉਹ ਸੰਭਾਲਦੇ ਨੇ, ਪਰ ਲਗਾਤਾਰ ਉੱਥੇ ਡਿਊਟੀ ਕਰਨਾ ਮੇਰੇ ਲਈ ਤਾਂ ਸੰਭਵ ਨਹੀਂ ਹੈ। ਮੈਂ ਤਾਂ ਵੈਸੇ ਵੀ ਇਸ ਕਰਕੇ ਮੈਂ ਕਿਹਾ ਕਿ ਮੈਂ ਨਹੀਂ ਇਹ ਡਿਊਟੀ ਜਿਹੜੀ ਉੱਥੇ ਕਰ ਸਕਦਾ। ਹੁਣ ਜਦੋਂ ਫੈਸਲਾ ਕੀਤਾ ਕਿ ਨਹੀਂ ਜਾਣਾ, ਜਾਂ ਉਸ ਤੋਂ ਬਾਅਦ ਕਦੀ ਮਿਲਾਪ ਹੋਇਆ SGPC ਦੇ ਕਿਸੇ ਮੈਂਬਰ ਨਾਲ ਜਾਂ ਜਥੇਦਾਰ ਸਾਹਿਬ ਦੇ ਕਿਸੇ ਬੰਦੇ ਨਾਲ ਜਾਂ ਜਥੇਦਾਰ ਸਾਹਿਬ ਦੇ ਨਾਲ? ਨਹੀਂ, ਅਜੇ ਤੱਕ ਕੋਈ ਗੱਲ ਨਹੀਂ ਹੋਈ ਜੀ। ਉਸ ਤੋਂ ਬਾਅਦ 'ਚ ਕੋਈ ਮਿਲਾਪ ਨਹੀਂ ਹੋਇਆ, ਅੱਗੋਂ ਸਮਾਂ ਆਏਗਾ ਤਾਂ ਫਿਰ ਜ਼ਰੂਰ ਤੁਹਾਨੂੰ ਦੱਸਾਂਗਾ ਜੀ। ਬਾਕੀ ਰਾਗੀ ਸਿੰਘਾਂ ਨੇ ਕੋਈ ਆਪਸ ਦੇ ਵਿੱਚ ਵਾਰਤਾਲਾਪ ਕੀਤਾ ਹੋਵੇ ਕਿ ਇਸ ਤਰ੍ਹਾਂ ਦਾ ਸਾਨੂੰ ਫਤਵਾ ਮਿਲਿਆ ਕਿ ਵਿਰੋਧ ਕੀਤਾ ਅਤੇ ਬਦਲੀ ਹੋ ਗਈ, ਇਹ ਵਿਰੋਧ ਮੰਨਦੇ ਹੋ ਕਿ ਤੰਤੀ ਸਾਹਿਬ ਬਾਰੇ ਜਦੋਂ ਗੱਲਬਾਤ ਕੀਤੀ ਉਹੀ ਵਿਰੋਧ ਦਾ ਜੋ ਬਦਲਾ ਲਿੱਤਾ ਗਿਆ? ਪਹਿਲੀ ਗੱਲ ਤਾਂ ਮੈਂ ਆਪ ਜੀ ਨੂੰ ਦੱਸਦਾ, ਮੈਂ ਤੰਤੀ ਸਾਜ ਦਾ ਵਿਰੋਧ ਨਹੀਂ ਕੀਤਾ। ਮੈਂ ਇਹ ਕਿਹਾ ਸੀਗਾ ਕਿ ਤੁਸੀਂ ਇਹਦਾ ਤਰੀਕਾ ਬਦਲ ਲਓ, ਤੁਹਾਡਾ ਤਰੀਕਾ ਗਲਤ ਹੈ। ਮਤਲਬ ਤੁਸੀਂ ਜਿੱਥੇ ਵਾਜੇ ਸਿਖਾਏ ਜਾਂਦੇ ਨੇ ਉੱਥੋਂ ਸ਼ੁਰੂਆਤ ਕਰਾਓ, ਉਹ ਤਾਂ ਅਜੇ ਨਿਰੰਤਰ ਵਾਜਿਆਂ 'ਤੇ ਹੀ ਸਿਖਲਾਈ ਹੋ ਰਹੀ ਹੈ। ਉੱਥੇ ਅਜੇ ਕੋਈ ਫਰਮਾਨ ਨਹੀਂ ਗਿਆ ਕਿ ਬੰਦ ਕਰੋ ਹਾਰਮੋਨੀਅਮ ਅਤੇ ਆਪਾਂ ਤੰਤੀ ਸਾਜ ਸਿਖਾਉਣੇ ਨੇ, ਪਰ ਇੱਧਰ ਕਾਰਵਾਈ ਸ਼ੁਰੂ ਹੋ ਗਈ ਹੈ ਕਿ ਜਿਹੜੇ ਬੋਲਦੇ ਉਹਨਾਂ ਨੂੰ ਕੱਢਣਾ ਸ਼ੁਰੂ ਕਰ ਦਿਓ। ਮੈਂ ਵਿਰੋਧ ਤੰਤੀ ਸਾਜ ਦਾ ਇੱਕ ਵੀ ਇੰਟਰਵਿਊ 'ਚ ਕੀਤਾ ਤਾਂ ਮੈਨੂੰ ਦਿਖਾ ਦਿਓ, ਅਸੀਂ ਤਾਂ ਕਿਹਾ ਸਗੋਂ ਸਵਾਗਤ ਕਰਦੇ ਹਾਂ, ਬੜਾ ਚੰਗਾ ਕੰਮ ਹੈ ਤੁਸੀਂ ਸ਼ੁਰੂ ਕੀਤਾ, ਤੁਸੀਂ ਕਰਵਾਓ ਉਹਨਾਂ ਕੋਲ ਜਿਹੜੇ ਕਰ ਸਕਦੇ ਉਹਨਾਂ ਕੋਲ ਕਰਵਾਓ, ਜਿਹੜੇ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਦੱਸ ਦਿਓ, ਜਦੋਂ ਕਹੋਗੇ ਫਿਰ ਹਟ ਜਾਂਗੇ। ਉਹਦਾ ਮੈਨੂੰ ਲੱਗਦਾ ਇਸ ਗੱਲ ਦਾ ਉਹਨਾਂ ਨੂੰ ਗੁੱਸਾ ਲੱਗਾ ਹੋਏਗਾ, ਤਾਂ ਹੀ ਮੇਰੀ ਉਹਨਾਂ ਨੇ ਬਦਲੀ ਕੀਤੀ ਹੈ, ਅਤੇ ਮੈਨੂੰ ਪ੍ਰਮਾਣ ਹੈ ਕੋਈ ਐਡੀ ਗੱਲ ਨਹੀਂ। ਜਦੋਂ ਬਦਲੀ ਹੋ ਗਈ ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਕਿ ਜੁਆਇਨ ਕਦੋਂ ਕਰੋਗੇ ਜਾਂ ਜੁਆਇਨ ਨਹੀਂ ਕਰ ਰਹੇ, ਕੋਈ ਇਸ ਤਰੀਕੇ ਦੀ ਵਾਰਤਾਲਾਪ ਕਿਸੇ ਨਾਲ ਹੋਈ ਹੋਵੇ? ਨਹੀਂ, ਅਜੇ ਤੱਕ ਨਹੀਂ ਆਇਆ, ਇਸ ਮਸਲੇ 'ਤੇ ਕੋਈ ਫੋਨ ਨਹੀਂ ਆਇਆ। ਉਂਝ ਗੱਲਬਾਤ ਮਾੜੀ ਮੋਟੀ ਸੰਗਤਾਂ ਵਿੱਚ ਚੱਲਦੀ ਰਹਿੰਦੀ ਆ ਜੀ, ਤੁਸੀਂ ਕਰ ਲੈਣੀ ਸੀਗੀ ਜੁਆਇਨਿੰਗ। ਮੈਂ ਕਿਹਾ ਜੁਆਇਨਿੰਗ ਤਾਂ ਮੈਂ ਕਰ ਲੈਂਦਾ, ਪਰ ਮੇਰੇ ਉੱਥੇ ਨਾ ਜਾਣ ਦੇ ਆਹ ਕਾਰਨ ਹੈ ਕਿ ਮੈਂ ਕੀਰਤਨ ਸਿਖਾਉਂਦਾ ਵਾਂ ਬੱਚਿਆਂ ਨੂੰ, ਅਤੇ ਮੈਂ ਉਹਨਾਂ ਨੂੰ ਛੱਡ ਕੇ ਲੰਮਾ ਸਮਾਂ ਨਹੀਂ ਜਾ ਸਕਦਾ, ਉਂਝ ਹਫ਼ਤਾ ਖੰਡ ਕਿਤੇ ਜਾਣਾ ਤਾਂ ਮੈਂ ਚੱਲ ਜਾਂਦਾ ਜੀ। ਸਭ ਤੋਂ ਵੱਡੀ ਗੱਲ ਇਹ ਕਿ ਤੁਸੀਂ ਅਕੈਡਮੀ ਚਲਾ ਰਹੇ ਹੋ, ਕਾਫੀ ਬੱਚਿਆਂ ਨੂੰ ਨਿਸ਼ਕਾਮ ਸਿਖਲਾਈ ਦੇ ਰਹੇ ਹੋ ਕੀਰਤਨ ਦੀ, ਇਹ ਗੱਲ ਉਸ ਦਫ਼ਤਰ ਵਿੱਚ ਪਤਾ ਆ, ਜਥੇਦਾਰ ਸਾਹਿਬ ਨੂੰ ਪਤਾ? ਬਿਲਕੁਲ, ਸਾਰਿਆਂ ਨੂੰ ਪਤਾ ਵਾ, ਸਾਡੀ ਸ਼੍ਰੋਮਣੀ ਕਮੇਟੀ ਸਾਰੇ ਨੂੰ ਪਤਾ ਕਿ ਮੈਂ ਇੱਕ ਵਿਦਿਆਲਾ ਚਲਾ ਰਿਹਾ ਵਾਂ ਜਿਹਦੇ ਵਿੱਚ ਮੇਰੇ ਕੋਲ ਬੱਚੇ ਕਾਫੀ ਸਾਰੇ ਪੜ੍ਹਦੇ ਆ, ਹੋਸਟਲ ਹੈ ਸਾਡਾ ਆਪਣਾ, ਮੇਰੇ ਕੋਲ ਸੰਗਤ ਦੇ ਰਿਹਾਇਸ਼ ਵਾਸਤੇ ਵੀ ਕਮਰੇ ਹੈਗੇ, ਗੈਸਟ ਹਾਊਸ ਵੀ ਹੈ ਸਾਡਾ, ਗੱਡੀਆਂ ਵੀ ਨੇ ਆਉਣ ਜਾਣ, ਦਰਬਾਰ ਸਾਹਿਬ ਮੱਥਾ ਟਿਕਾਉਣ ਜਾਣਾ, ਸੰਗਤ ਆਉਂਦੀ ਹੈ ਰਹਿੰਦੀ ਹੈ, ਸਾਡੀ ਖੁਦ ਦੀ ਆਪ ਦੀ ਸੰਸਥਾ ਚੱਲਦੀ ਹੈ, ਉਹਨੂੰ ਵੇਖਣਾ ਹਰ ਵਕਤ ਉਹਦੇ ਨਾਲ ਵਿਚਰਨਾ, ਇਹ ਮੇਰੀ ਮਜਬੂਰੀ ਹੈ ਉੱਥੇ ਨਾ ਜਾਣਾ। ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਸਭ ਪਤਾ ਆ, ਬਦਲੀ ਤਾਂ ਕਰਤੀ ਕਿ ਇਹਨਾਂ ਨੇ ਕਿਹੜਾ ਜੁਆਇਨ ਕਰਨੀ ਆ, ਇਸੇ ਬਹਾਨੇ ਬਾਹਰ ਹੋ ਜਾਣਗੇ। ਬਿਲਕੁਲ, ਤੁਸੀਂ ਸਹੀ ਕਿਹਾ, ਉਹਨਾਂ ਨੂੰ ਸਾਰੀ ਗੱਲ ਦਾ ਪਤਾ। ਹੁਣ ਜੇ ਕਿਸੇ ਨੂੰ ਬੋਲਣ ਨੂੰ ਬੰਦ ਕਰਾਉਣਾ ਹੋਵੇ ਤਾਂ ਉਹਨੂੰ ਕਿਤੇ ਨਾ ਕਿਤੇ ਦਾਵਤ ਦੇਵਾਂਗੇ ਹੀ ਨਾ, ਹੁਣ ਕਿੰਨੀ ਕੁ ਕੋਈ ਦਾਵਤ ਚੱਲਦਾ ਜਾਂ ਕਿੱਦਾਂ, ਇਹ ਤਾਂ ਆਉਣ ਵਾਲਾ ਸਮਾਂ ਦੱਸੋ। ਮੈਂ ਤਾਂ ਆਪਣੇ ਕਲੀਅਰ ਕਰਤਾ ਕਿ ਮੈਂ ਹੁਣ ਉੱਥੇ ਜੋਬ ਨਹੀਂ ਕਰ ਸਕਦਾ, ਇਸ ਕਰਕੇ ਕਿ ਮੈਂ ਇੱਕ ਤਾਂ ਮੇਰੇ ਨਾਲ ਧੱਕੇਸ਼ਾਹੀ ਹੋਈ ਆ ਕਿ ਮੈਨੂੰ ਬਿਨਾਂ ਕਾਰਨ ਤੋਂ ਤੁਸੀਂ ਬਦਲਿਆ, ਜੇ ਮੇਰੀ ਸਰਵਿਸ ਵਿੱਚ ਕੋਈ ਗਲਤੀ ਸੀ ਤਾਂ ਮੈਨੂੰ ਜ਼ਰੂਰ ਦੱਸ ਦਿਓ, ਜੇ ਮੇਰੇ ਅਲਫਾਜ਼ਾਂ ਵਿੱਚ ਕੋਈ ਗਲਤੀ ਆ ਮੇਰੇ ਸਾਹਮਣੇ ਰੱਖੋ, ਮੈਂ ਕਲੈਰੀਫਾਈ ਕਰਦਾ। ਮਤਲਬ ਹੁਣ ਤੱਕ ਤੁਹਾਨੂੰ ਸਪਸ਼ਟੀਕਰਨ ਨਹੀਂ ਮਿਲਿਆ ਕਿ ਕਿਉਂ ਤਬਾਦਲਾ ਕੀਤਾ? ਹਾਂ ਬਿਲਕੁਲ, ਅਜੇ ਤੱਕ ਕੋਈ ਸਪਸ਼ਟੀਕਰਨ ਨਾ ਲੈਂਦਾ ਹੀ ਹੁੰਦਾ ਇੱਥੇ, ਕੋਈ ਸਪਸ਼ਟੀਕਰਨ ਲਵੇ ਤਾਂ ਗੱਲ ਸਪਸ਼ਟ ਹੋ ਸਕਦੀ ਆ, ਪਰ ਸਪਸ਼ਟੀਕਰਨ ਨਹੀਂ ਕੋਈ ਪੁੱਛਦਾ, ਆਪਣਾ ਫਤਵਾ ਜਾਰੀ ਕਰਦੇ ਹੁੰਦੇ ਨੇ, ਤਾਂ ਸਾਨੂੰ ਉਸ ਤਰ੍ਹਾਂ ਹੀ ਜਾਰੀ ਹੋਇਆ ਸਾਡੇ 'ਤੇ ਵੀ। ਔਰ ਹੁਣ ਅਸੀਂ ਇਹ ਬੇਨਤੀ ਕਰਤੀ ਹੈ ਸੰਗਤਾਂ ਵਿੱਚ ਕਿ ਜੇ ਉੱਥੇ ਡਿਊਟੀ ਰਹਿਣੀ ਹੈ ਫਿਰ ਆਪਾਂ ਜੁਆਇਨ ਨਹੀਂ ਕਰਨੀ, ਜੋ ਵੀ ਅਗਲਿਆਂ ਕਾਰਵਾਈ ਕਰਨੀ ਉਹ ਕਰ ਸਕਦੇ ਆ, ਆਪਾਂ ਬੇਨਤੀ ਕੀਤੀ ਹੈ ਵੀ ਮੈਂ ਉੱਥੇ ਨਹੀਂ ਜਾ ਸਕਦਾ। ਸਾਡੇ ਵਾਸਤੇ ਉਨਾ ਹੀ ਸਤਿਕਾਰਯੋਗ ਸਥਾਨ ਉਹ ਆ, ਮੱਥਾ ਟੇਕਣ ਜਾਵਾਂਗੇ, ਉਂਝ ਕਿਤੇ ਕੀਰਤਨ ਮਿਲੂਗਾ ਕਰਾਂਗੇ, ਪਰ ਜੇ ਪੱਕੇ ਤੌਰ 'ਤੇ ਤੁਸੀਂ ਕਹੋ ਕਿ ਤੈਨੂੰ ਦਬਾ ਕੇ ਇੱਥੋਂ ਉੱਥੇ ਭੇਜਣਾ, ਉਹ ਨਹੀਂ ਹੋ ਸਕਦਾ। ਹਾਂਜੀ, ਮਤਲਬ ਇੱਕ ਕਿਸਮ ਦੀ ਧੱਕੇਸ਼ਾਹੀ ਕੀਤੀ ਗਈ ਹੈ ਕਿ ਅਸੀਂ ਜੇ ਤਬਾਦਲਾ ਕਰਦੇ ਹਾਂ ਜਾਂ ਬੋਲਣਾ ਘੱਟ ਹੋ ਸਕਦਾ, ਜਾਂ ਬਾਕੀ ਰਾਗੀ ਸਿੰਘਾਂ ਵੱਲ ਜਿਹੜੀ ਇੱਕ ਸੁਨੇਹਾ ਜਾਂਦਾ ਕਿ ਕਿਉਂਕਿ ਬਾਕੀ ਰਾਗੀ ਸਿੰਘਾਂ ਨੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ, ਤੁਸੀਂ ਸਭ ਤੋਂ ਪਹਿਲਾਂ ਇਸ 'ਤੇ ਬਿਆਨ ਦੇਣਾ ਸ਼ੁਰੂ ਕਰਤਾ ਸੀ? ਉਹ ਇਸ ਕਰਕੇ ਕਿ ਆਪਾਂ ਹੱਕਾਂ ਦੀਆਂ ਸਮੁੱਚਿਆਂ ਵਾਸਤੇ ਮੰਗਾਂ ਮੰਗੀਆਂ ਸੀਗੀਆਂ। ਜੇ ਅੱਜ ਮੈਂ ਇਹ ਗੱਲ ਕਹੀ ਆ ਕਿ ਗ੍ਰੰਥੀ ਸਿੰਘ ਜਿਹੜਾ ਪਿੰਡਾਂ 'ਚ ਵੀ ਜੈਦਰ ਸਾਹਿਬ ਉਹਦੀ ਇੰਸ਼ੋਰੈਂਸ ਕਰਵਾਓ, ਘੱਟੋ ਘੱਟ ਦਵਾਈਆਂ ਵਾਸਤੇ ਲੋਕਾਂ ਕੋਲ ਤਰਲੇ ਨਾ ਕੱਢਦਾ ਫਿਰੇ, ਤਾਂ ਕੀ ਗਲਤ ਹੈ, ਕੀ ਮਾੜਾ ਦੱਸੋ?
जे मैं रागी सिंह वास्ते आख्या कि इन्ने इन्ने पैसे कमेटियां कटदियां ने, मैं किसी एक कमेटी नूं थोड़ी कहिंदा, मैं तो सारे नहीं कह सारे वास्ते कहिंदा और सारे रागियों वास्ते कहिंदा। दसो इहदे च की गलत है? एक मैंने आपां बयान दे रहे हैं कि सारयां दी जिहड़ी आर्थिक आर्थिक जरूरतां जिहड़ियां उहदे विच सुधार लियाउण दी लोड़ है। जहदर साहब दा बयान आ इह अकाल तख्त साहब तों, ते मैं कहिंदा वी दूर जाके क्यों करदे हो, इत्थों लागो ही आर्थिक हालत सुधारो ना, तुहाडे हत्थ विच ताकत है, ਤੁਸੀਂ ਸਗੋਂ ਇੱਕ ਬਿਆਨ ਦੇ ਦਿੰਦੇ ਤੇ ਆਰਥਿਕ ਹਾਲਤ ਵੀ ਸੁਧਰਦੀ, ਸਾਰਾ ਪੰਥ ਵੀ ਤੁਹਾਡਾ ਹੋਰ, ਤੁਹਾਨੂੰ ਰਾਗੀ ਸਿੰਘ ਜ਼ਿਆਦਾ ਪਿਆਰ ਕਰਦੇ, ਤੁਸੀਂ ਆਪਣਾ ਆਪੇ ਹੀ ਵਿਰੋਧ ਕਰਾ ਰਹੇ ਹੋ, ਅਸੀਂ ਕਰ ਨਹੀਂ ਰਹੇ। ਕਿੰਨਾ ਸਮਾਂ ਹੋ ਗਿਆ ਤਬਾਦਲਾ ਹੋਏ ਨੂੰ ਤੇ ਹੁਣ ਤੱਕ ਆਵਾਜ਼ ਕਿਉਂ ਨਹੀਂ ਚੁੱਕੀ? ਜਾਂ ਇੱਕੋ ਦਮ ਮਨ ਦੇ ਵਿੱਚ ਆਇਆ ਤਾਂ ਚੁੱਕੀ ਆਵਾਜ਼ ਕਿ ਕਿਉਂ ਇਸ ਸਭ ਦਾ ਜੋ ਫੈਸਲਾ ਲੈਣਾ ਪੈ ਗਿਆ? ਜਿਸ ਦਿਨ 30 ਤਰੀਕ ਸੀ ਉਦਣ ਅਸੀਂ ਆਪਣੇ ਰਾਗੀ ਸਿੰਘਾਂ ਦੇ ਗਰੁੱਪ ਵਿੱਚ ਬੋਲ ਕੇ ਪਾ ਗਏ ਸਾਂ ਕਿ ਆਪਾਂ 1 ਜੂਨ ਤੋਂ ਲੈ ਕੇ 6 ਜੂਨ ਦੇ ਸ਼ਹੀਦੀ ਦਿਹਾੜੇ ਚੱਲਦੇ ਨੇ, ਤੇ ਆਪਾਂ ਭਾਈ ਇਹਦੇ ਵਿੱਚ ਕੋਈ ਬਿਆਨਬਾਜ਼ੀ ਕਿਸੇ ਵੀ ਕਿਸਮ ਦੀ ਨਹੀਂ ਕਰਨੀ, ਆਪਾਂ ਸਾਰਿਆਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਹਿਣਾ। ਤਾਂ ਉਸ ਕਰਕੇ ਅਸੀਂ ਸ਼ਹੀਦੀ ਦਿਹਾੜਾ ਮਨਾਉਣ, ਜੋ ਕਸ਼ਮੀਰ ਦੀਆਂ ਸੰਗਤਾਂ ਸ਼ਹੀਦੀ ਦਿਹਾੜਾ ਮਨਾਉਂਦੀਆਂ ਨੇ, ਮੈਂ ਉੱਥੇ ਉਹਨਾਂ ਵਿੱਚ ਹਾਜ਼ਰ ਹੋਣ ਲਈ ਗਿਆ ਸੀਗਾ। 3 ਦਿਨ ਦਾ ਸਮਾਗਮ ਸੀ ਉੱਥੇ, ਸਮੁੱਚੇ ਸ਼ਹੀਦਾਂ ਦੀ ਯਾਦ ਵਿੱਚ ਮੈਂ ਉੱਥੇ ਹਾਜ਼ਰੀ ਲਵਾ ਕੇ ਆਇਆ। ਉਹਦੇ ਵਿੱਚ ਮੇਰੀ ਇਹਨਾਂ ਨੇ ਬਦਲੀ ਕੀਤੀ, ਤੋ ਅਸੀਂ ਆਲਰੇਡੀ 6 ਜੂਨ ਤੱਕ ਤਾਂ ਵੈਸੇ ਕਿਹਾ ਸੀ ਆਪਾਂ ਨਹੀਂ ਬੋਲਣਾ। ਉਹ ਤੋਂ ਬਾਅਦ ਵਿੱਚ ਵੀ ਜਿਵੇਂ ਸਿੱਧੂ ਮੂਸੇਵਾਲੇ ਦਾ ਭੋਗ ਸੀਗਾ, ਅਸੀਂ ਸੋਚਿਆ ਕਿ ਸਾਰੀ ਸੰਗਤ ਵਿੱਚ ਗਮਗੀਨ ਮਾਹੌਲ ਜਿਹਾ ਆਲਰੇਡੀ ਬਣਿਆ ਪਿਆ ਕਿ ਲੋਕ ਇਸ ਗੱਲ ਨੂੰ ਬੜਾ ਮਹਿਸੂਸ ਕਰਦੇ, ਕਿਸੇ ਦਾ ਮਾਂ ਦਾ ਬੱਚਾ ਜਿਹੜਾ ਤੁਰਿਆ, ਵੀ ਆਪਾਂ ਵੀ ਉਹਦੇ ਵਿੱਚ ਦੁੱਖ ਨਾਲ ਦੁੱਖ ਮਨਾਈਏ। ਸਾਰਿਆਂ ਨੇ ਮਨਾਇਆ, ਅਸੀਂ ਵੀ ਚੁੱਪ ਰਹੇ ਹਾਂ ਕਿ ਚਲੋ ਇਹਨਾਂ ਦਿਨਾਂ 'ਚ ਆਪਾਂ ਨਹੀਂ ਕੁਛ ਕਹਿਣਾ। ਤੋ ਹੁਣ ਮੈਨੂੰ ਵਾਰ ਵਾਰ ਸੰਗਤਾਂ ਦੇ ਫੋਨ ਆਉਂਦੇ ਸੀਗੇ, ਜੀ ਤੁਸੀਂ ਕਿੱਥੇ ਹੋ, ਤੁਹਾਨੂੰ ਅਸੀਂ ਮਿਲਣਾ ਸੀ, ਦਮਦਮਾ ਸਾਹਿਬ ਹੋ, ਕਿੱਥੇ ਹੋ? ਕਈ ਲੋਕ ਪੁੱਛਦੇ ਸੀ ਦਮਦਮਾ ਸਾਹਿਬ ਡਿਊਟੀ ਨਹੀਂ ਆ ਰਹੀ, ਕੀ ਗੱਲ? ਤੋ ਮੈਨੂੰ ਕਲੀਅਰ ਤਾਂ ਕਰਨਾ ਹੀ ਪਊਗਾ ਨਾ, ਮੈਂ ਇਸ ਵੇਲੇ ਹੈ ਕਿੱਥੇ ਆ। ਤੋ ਫਿਰ ਮੈਂ ਦੱਸਿਆ ਆਇਆ ਲੋਕਾਂ ਨੂੰ ਕਿ ਮੈਂ ਡਿਊਟੀ ਜੁਆਇਨ ਨਹੀਂ ਕਰਨੀ, ਕਿਉਂਕਿ ਆਹ ਮੇਰੇ ਕਾਰਨ ਆ, ਤੋ ਸਭ ਨੂੰ ਪਤਾ ਲੱਗ ਜੂਗਾ ਵੀ ਮੈਂ ਘਰੇ ਹੀ ਹਾਂ। ਇਸ ਗੱਲਬਾਤ ਤੋਂ ਬਾਅਦ ਜੇ ਜਥੇਦਾਰ ਸਾਹਿਬ ਇੱਕ ਹੋਰ ਹੁਕਮ ਜਾਰੀ ਕਰਦੇ, ਸਿਰ ਮੱਥੇ ਪ੍ਰਵਾਨ ਕਰੋਗੇ? ਕਿਹੜਾ ਹੁਕਮਨਾਮਾ? ਜੇ ਕਹਿ ਦੇਣ ਕਿ ਹਾਂ ਹੁਣ ਅਸੀਂ ਤੁਹਾਨੂੰ ਸੇਵਾ ਮੁਕਤ ਕਰਦੇ ਹਾਂ। ਹਾਂ ਕੋਈ ਨਹੀਂ, ਮੈਂ ਪ੍ਰਵਾਨ ਕਰੂੰਗਾ ਜੀ, ਮੈਂ ਤਾਂ ਆਲਰੇਡੀ, ਜੇ ਹੁਣ ਨਹੀਂ ਜੁਆਇਨ ਕਰੂੰਗਾ ਤਾਂ ਉਹਨਾਂ ਨੇ ਮੈਨੂੰ ਕੱਢਣਾ ਹੀ ਹੈ, ਇਹ 'ਚ ਤਾਂ ਕੋਈ ਦੋ ਰਾਇਆ ਨਹੀਂ ਹੈ, ਉਹਨਾਂ ਰੱਖਣਾ ਥੋੜ੍ਹੀ ਹੈ। ਤੋ ਅਸੀਂ ਤਾਂ ਪ੍ਰਵਾਨ ਹੀ ਕੀਤਾ ਹੋਇਆ, ਅਸੀਂ ਪ੍ਰਵਾਨ ਇਸ ਕਰਕੇ ਕੀਤਾ ਹੋਇਆ ਕਿ ਉੱਥੇ ਜਾ ਨਹੀਂ ਸਕਦੇ, ਤੁਹਾਡੀ ਜਿਹੜੀ ਸ਼ਰਤ ਹੈ ਉੱਥੇ ਪੂਰਾ ਨਹੀਂ ਉਤਰ ਸਕਦੇ, ਤੁਸੀਂ ਕਿਹਾ ਉੱਥੇ ਜਾਓ, ਹੁਣ ਮੈਂ ਉੱਥੇ ਜਾਵਾਂ ਰਵਾਂ, ਉਹ ਮੇਰੇ ਲਈ ਬਹੁਤ ਮੁਸ਼ਕਲ ਹੈ। ਭਾਈ ਸਾਹਿਬ, ਅਕਸਰ ਸੋਸ਼ਲ ਮੀਡੀਆ 'ਤੇ ਜਦੋਂ ਵੀ ਗੱਲ ਉੱਠਦੀ ਹੈ ਤਾਂ ਕਮੈਂਟਬਾਜ਼ੀ ਲੋਕੀ ਕਾਫੀ ਕਰਦੇ, ਕਾਫੀ ਸੰਗਤਾਂ ਜੋ ਪਿਆਰ ਕਰਦੇ ਨੇ, ਜੋ ਜੁੜੀਆਂ ਹੋਈਆਂ ਨੇ, ਆ ਜਦੋਂ ਜਥੇਦਾਰ ਸਾਹਿਬ ਬਿਆਨ ਦਿੰਦੇ ਨੇ, ਹੁਕਮ ਜਾਰੀ ਕਰਦੇ ਨੇ, ਉਸ ਤੋਂ ਬਾਅਦ ਇਹ ਕਿਉਂ ਆਉਂਦਾ ਕਿ ਜਥੇਦਾਰ ਸਾਹਿਬ ਦਾ ਆਪਣਾ ਹੁਕਮ ਨਹੀਂ ਹੈਗਾ, ਇਹ ਉੱਪਰੋਂ ਆਇਆ? ਭਾਈ ਸਾਹਿਬ, ਇਹ ਜਥੇਦਾਰ ਸਾਹਿਬ ਹੀ ਦੱਸ ਸਕਦੇ ਜਾਂ ਉਹ ਲੋਕ ਦੱਸ ਸਕਦੇ, ਉਹਨਾਂ ਕੋਲ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਹੋਣੀ ਹੈ। ਮੈਨੂੰ ਇਸ ਕੰਮ 'ਚ ਨਾ ਤੁਸੀਂ ਖਿੱਚੋ ਵੀ ਮੈਂ ਉਹ ਸਵਾਲ ਦਾ ਜਵਾਬ ਦੇਵਾਂ ਜਿਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ। ਮੈਂ ਸੱਚੀ ਕਹਿੰਦਾ, ਜਿਹਨੇ ਕਮੈਂਟ ਕੀਤਾ ਉਹਦੇ ਕੋਲ ਜ਼ਰੂਰ ਕੋਈ ਨਾ ਕੋਈ ਜਾਣਕਾਰੀ ਹੋਏਗੀ ਕਿ ਹੁਕਮ ਕਿੱਥੋਂ ਆਉਂਦਾ, ਕਿਸ ਤਰ੍ਹਾਂ ਚੱਲਦਾ, ਕੀ ਹੁੰਦਾ। ਪਰ ਜਿਉਂ ਜਿ ਮੈਂ ਬੇਨਤੀ ਕਰਦਾ ਵਾ, ਜੇ ਜਥੇਦਾਰ ਸਾਹਿਬ ਰਾਗੀ ਸਿੰਘਾਂ ਨਾਲ ਖਲੋਣ, ਪ੍ਰਚਾਰਕਾਂ ਨਾਲ ਖਲੋਣ, ਗ੍ਰੰਥੀਆਂ ਨਾਲ ਖਲੋਣ, ਅਤੇ ਸਤਿਕਾਰ ਵਿੱਚ ਉਹਨਾਂ ਦੇ ਵੀ ਅਤੇ ਗ੍ਰੰਥੀ ਸਿੰਘਾਂ ਦੇ ਸਤਿਕਾਰ ਵਿੱਚ ਬਹੁਤ ਵੱਡਾ ਵਾਧਾ ਹੋ ਸਕਦਾ, ਪਰ ਪਤਾ ਨਹੀਂ ਉਹਨਾਂ ਨੂੰ ਕੋਈ ਸਲਾਹ ਕਿਉਂ ਨਹੀਂ ਦਿੰਦਾ। ਕਈ ਲੋਕ ਹੁਣ ਮੈਨੂੰ ਵੀ ਕਹਿੰਦੇ, ਜੀ ਤੁਸੀਂ ਮੀਡੀਆ 'ਚ ਬੋਲਤਾ ਤਾਂ ਕਰਕੇ ਤੁਹਾਨੂੰ ਇੱਦਾਂ ਹੋਇਆ। ਮੈਂ ਕਿਹਾ, ਮੇਰੇ ਤੋਂ ਪਹਿਲਾਂ ਵੀ ਭਾਈ ਓਂਕਾਰ ਸਿੰਘ ਨੇ 2-2.5 ਸਾਲ ਪਹਿਲਾਂ, ਜਿਹੜੇ ਰਾਗੀ ਸਭਾ ਦੇ ਪ੍ਰਧਾਨ ਆ ਭਾਈ ਓਂਕਾਰ ਸਿੰਘ, ਉਹਨਾਂ ਨੇ ਔਰ ਅਸੀਂ ਸਮੁੱਚੇ ਰਾਗੀਆਂ ਨੇ ਇਕੱਠੇ ਹੋ ਕੇ ਗੁਪਤ ਚਿੱਠੀਆਂ ਦਿੱਤੀਆਂ ਹੋਈਆਂ ਬੰਦ ਕਰਕੇ। 2-2.5 ਸਾਲ ਤੋਂ ਉੱਤੇ ਵੀ ਕੋਈ ਵਿਚਾਰ ਨਹੀਂ ਸੀ ਹੋਇਆ। ਜੇ ਅਸੀਂ ਗੁਪਤ ਦਿੰਦੇ ਤਾਂ ਵਿਚਾਰ ਨਹੀਂ ਹੁੰਦਾ, ਜੇ ਅਸੀਂ ਓਪਨ ਆ ਕੇ ਸੰਗਤਾਂ ਵਿੱਚ ਆਪਣਾ ਦੁੱਖ ਦਰਦ ਦੱਸਦੇ ਹਾਂ ਤਾਂ ਵਿਚਾਰ ਨਹੀਂ ਹੁੰਦਾ। ਤੋ ਇਹਦਾ ਰੀਜ਼ਨ ਕੀ ਆ ਕਿ ਤੁਸੀਂ ਪ੍ਰਚਾਰ ਦੀਆਂ ਵੀ ਗੱਲਾਂ ਕਰਦੇ ਹੋ, ਤੁਸੀਂ ਆਰਥਿਕ ਹਾਲਤ ਸੁਧਾਰਨ ਦੀਆਂ ਵੀ ਗੱਲਾਂ ਕਰਦੇ ਹੋ, ਪਰ ਜੇ ਕੋਈ ਤੁਹਾਡੇ ਤੋਂ ਆਰਥਿਕ ਹਾਲਤ ਸੁਧਾਰ ਹਿੱਤ ਕੁਝ ਬੇਨਤੀਆਂ ਕਰਦਾ, ਤੁਸੀਂ ਉਹ ਵੀ ਨਹੀਂ ਮੰਨਦੇ, ਫਿਰ ਇਹ ਵਜ੍ਹਾ ਕੀ ਆ, ਰੀਜ਼ਨ ਕੀ ਆ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ। ਤੋ ਅਸੀਂ ਤਾਂ ਚੁੱਪ ਕਰ ਗਏ, ਮੀਨਜ਼ ਕਿ ਤੁਸੀਂ ਸਾਡੀ ਬਦਲੀ ਕਰਤੀ। ਕਾਫੀ ਰਾਗੀ ਡਰ ਚੁੱਕੇ ਨੇ ਕਿ ਭਾਈ ਗੁਰਦੇਵ ਸਿੰਘ ਤੇ ਅਗਰ ਕਾਰਵਾਈ ਹੋ ਸਕਦੀ, ਇੰਨੇ ਪੁਰਾਣੇ ਰਾਗੀਆਂ ਦੇ ਨਵਿਆਂ ਦਾ ਕੀ ਹਾਲ ਹੋਊ, ਜਿਨ੍ਹਾਂ ਦੀ ਤਨਖਾਹ ਪਹਿਲਾਂ 7-8 ਹਜ਼ਾਰ 10 ਹਜ਼ਾਰ 15 ਹਜ਼ਾਰ ਮਸਾ ਤਾਂ ਗੁਜ਼ਾਰਾ ਕਰ ਰਹੇ ਨੇ, ਤਾਂ ਹੁਣ ਨਹੀਂ ਬੋਲਣਗੇ ਸਾਡੇ ਇਸ ਚੈਪਟਰ ਤੋਂ ਬਾਅਦ? ਕਦੀ ਮੈਨੂੰ ਨਹੀਂ ਲੱਗਦਾ ਕਿ ਮੁੜ ਕੇ ਇਹ ਚੈਪਟਰ ਦੁਬਾਰਾ ਓਪਨ ਹੋਊਗਾ, ਕਿਉਂਕਿ ਇੱਕ ਖਲਾਅ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ ਕਿ ਹਾਂ ਇਹ ਇੱਦਾਂ ਹੀ ਕਰਦੇ ਨੇ। ਮਤਲਬ ਗੁਰੂ ਘਰ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਡਰ
पैदा हो सकते ने ਤਾਂ ਕਿਤੇ ਨਾ ਕਿਤੇ ਕਿਸ ਚੀਜ਼ ਦੀ ਘਾਟ ਲੱਗਦੀ ਕਾਫੀ ਰਾਗੀ ਸਿੰਘਾਂ ਦੇ ਵਿੱਚ ਇਹ ਮਤਲਬ ਹੈਗਾ ਹੀ ਆ ਕਿ ਜੀ ਦੇਖੋ ਇਸ ਤਰ੍ਹਾਂ ਹੀ ਵੇਖੋ ਜਿਹੜਾ ਬੋਲਦਾ ਉਹਨੂੰ ਕੱਢ ਦਿੰਦੇ ਨੇ ਤੇ ਵੇਖਿਆ ਹੁਣ ਤੁਹਾਨੂੰ ਕੱਢਦਾ ਹੁਣ ਠੀਕ ਹੈ ਜੇ ਉਹ ਠੀਕ ਹੈ ਮੈਂ ਕਹਿੰਦਾ ਮੈਂ ਆਪਣੇ ਵਾਸਤੇ ਥੋੜੀ ਕੁਝ ਗੱਲ ਕਹੀ ਸੀ ਮੈਂ ਤਾਂ ਸਮੁੱਚੇ ਰਾਗੀ ਸਿੰਘਾਂ ਵਾਸਤੇ ਰਾਗੀ ਸਿੰਘ ਇਸ ਤਰ੍ਹਾਂ ਗੱਲ ਕਰਦੇ ਆ ਕਿ ਤੁਹਾਨੂੰ ਦੇਖਿਆ ਤੁਸੀਂ ਮੀਡੀਆ ਤੇ ਆਏ ਤਾਂ ਤੁਹਾਨੂੰ ਕੱਢਤਾ ਇਹ ਗੱਲਾਂ ਹੁੰਦੀਆਂ ਬਿਲਕੁਲ ਹੁੰਦੀਆਂ ਤਾਂ ਮੈਂ ਕਿਹਾ ਵੀ ਠੀਕ ਹੈ ਮੈਂ ਇਸ ਗੱਲ ਨੂੰ ਮੰਨਦਾ ਕਿ ਮੈਂ ਬੋਲਿਆ ਪਰ ਮੇਰੇ ਬੋਲਣ ਪਿੱਛੇ ਵੇਖੋ ਮੈਂ ਆਲ ਗ੍ਰੰਥੀਆਂ ਦੀ ਗੱਲ ਕੀਤੀ ਆਲ ਰਾਗੀ ਸਿੰਘਾਂ ਦੀ ਗੱਲ ਕੀਤੀ ਆਲ ਪ੍ਰਚਾਰਕਾਂ ਦੀ ਗੱਲ ਕੀਤੀ ਮੈਂ ਇੱਕ ਦੀ ਤਾਂ ਕੀਤੀ ਨਹੀਂ ਸਭ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਜੋ ਉਹ ਹੱਲ ਕਰਨੀਆਂ ਕੋਈ ਵੱਡੀਆਂ ਹੈ ਨਹੀਂ ਸੀ ਪਰ ਫਿਰ ਵੀ ਨਹੀਂ ਹੱਲ ਕੀਤੀਆਂ ਗਈਆਂ ਇੱਥੇ ਸ਼ੱਕ ਦੀ ਸੂਈ ਜ਼ਰੂਰ ਜਾਂਦੀ ਹੈ ਕਿ ਕਿਉਂ ਇਹ ਪ੍ਰਚਾਰ ਨੂੰ ਕੁੱਟਿਆ ਜਾ ਰਿਹਾ ਦੱਬਿਆ ਜਾ ਰਿਹਾ ਕਿਉਂ ਇੱਕ ਬੰਨੇ ਆਪਾਂ ਬਿਆਨ ਵੀ ਦਿੰਦੇ ਹਾਂ ਵੀ ਆਰਥਿਕ ਹਾਲਤ ਸੁਧਾਰਨ ਦੀ ਲੋੜ ਹੈ ਆਰਥਿਕ ਹਾਲਤ ਸੁਧਾਰਨ ਦੀ ਚਾਬੀ ਵੀ ਤੁਹਾਡੇ ਕੋਲ ਆ ਬਿਆਨ ਇੱਕ ਦੇਣਾ ਸੀ ਤੁਸੀਂ ਉਹ ਤੁਸੀਂ ਦਿੰਦੇ ਨਹੀਂ ਹੋ ਕਿਸੇ ਨੂੰ ਤੁਸੀਂ ਦੇਹ ਜਾਰੀ ਨਹੀਂ ਕਰਦੇ ਤਾਂ ਫਿਰ ਅਸੀਂ ਕਿੱਥੋਂ ਹੁਣ ਉਮੀਦ ਕਰੀਏ ਕੋਈ ਹੈ ਐਸੀ ਜਗ੍ਹਾ ਜਿੱਥੇ ਜਾ ਕੇ ਅਸੀਂ ਇਹ ਸ਼ਿਕਾਇਤ ਕਰ ਸਕੀਏ ਵੀ ਸਾਡੀ ਸੁਣੀ ਨਹੀਂ ਗਈ ਜੀ ਸਾਡੇ ਵਾਸਤੇ ਤਾਂ ਹੁਣ ਜਗ੍ਹਾ ਕੋਈ ਨਹੀਂ ਹੈ ਹੁਣ ਚੁੱਪ ਹਾਂ ਅੱਗੋਂ ਜਿੱਧਰ ਜਿੱਧਰ ਨੂੰ ਕੁਦਰਤ ਸਾਨੂੰ ਪ੍ਰੇਰੇਗੀ ਉੱਧਰ ਉੱਧਰ ਅਸੀਂ ਚੱਲ ਜਾਵਾਂਗੇ ਭਾਈ ਸਾਹਿਬ ਆਖਰੀ ਸਵਾਲ ਆਖਰੀ ਇੱਕ ਸੁਨੇਹਾ ਕਿ ਜੋ ਸੰਗਤਾਂ ਤੁਹਾਨੂੰ ਚਾਹੁੰਦੀਆਂ ਨੇ ਪਿਆਰ ਕਰਦੇ ਨੇ ਜੋ ਕਾਫੀ ਦਿਨਾਂ ਤੋਂ ਹਾਜ਼ਰੀ ਨਹੀਂ ਭਰਦੇ ਪਏ ਉਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਸਤ ਸੰਗਤ ਨੂੰ ਬੇਨਤੀ ਜਿੱਥੇ ਜਿੱਥੇ ਕਿਸੇ ਨੇ ਕੀਰਤਨ ਤੁਸੀਂ ਕਰਾਉਂਦੇ ਹਾਂ ਤਾਂ ਅਸੀਂ ਤੁਸੀਂ ਸੁਣਨਾ ਤਾਂ ਅਸੀਂ ਜਿੱਥੇ ਤੁਸੀਂ ਬੁਲਾਓਗੇ ਅਸੀਂ ਆਵਾਂਗੇ ਪਰ ਘਰੋਂ ਹੀ ਆਵਾਂਗੇ ਹੁਣ ਜਿਹੜਾ ਤੁਸੀਂ ਬਾਰ ਬਾਰ ਸਾਨੂੰ ਫੋਨ ਕਰਦੇ ਸੀ ਜੀ ਡਿਊਟੀ ਕਿੱਥੇ ਆ ਅਸੀਂ ਮਿਲਣਾ ਸੀ ਤੁਸੀਂ ਦਮਦਮਾ ਸਾਹਿਬ ਹੋ ਕਿੱਥੋਂ ਭਾਈ ਅਸੀਂ ਅੰਮ੍ਰਿਤਸਰ ਰਹਿੰਦੇ ਹਾਂ ਡ੍ਰੀਮ ਸਿਟੀ ਰਹਿੰਦੇ ਹਾਂ ਜਦੋਂ ਮਰਜ਼ੀ ਆ ਕੇ ਸਾਨੂੰ ਤੁਸੀਂ ਮਿਲੋ ਜਿੱਥੇ ਕੀਰਤਨ ਕਰਾਉਣਾ ਅਸੀਂ ਕਰਨ ਨੂੰ ਤਿਆਰ ਹਾਂ ਕੀਰਤਨ ਜਾਰੀ ਹੈ ਡਿਊਟੀ ਜਾਰੀ ਨਹੀਂ ਹੈ ਇਹ ਅਸੀਂ ਗੱਲਬਾਤ ਕੀਤੀ ਭਾਈ ਗੁਰਦੇਵ ਸਿੰਘ ਹੋਣਾਂ ਦੇ ਨਾਲ ਜਿਨ੍ਹਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਇੱਕ ਚਿੱਠੀ ਰਾਹੀਂ ਇੱਕ ਹੱਕ ਮੰਗਣ ਦੀ ਗੱਲ ਕੀਤੀ ਗਈ ਹੈ ਜੋ ਬਿਆਨ ਜਾਰੀ ਹੁੰਦੇ ਰਹੇ ਨੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਸ਼ਾਇਦ ਮੀਡੀਆ ਸਾਹਮਣੇ ਆਉਣ ਤੋਂ ਬਾਅਦ ਇੱਕ ਤਬਾਦਲਾ ਜੋ ਇੱਕ ਬਹੁਤ ਵੱਡੀ ਗੱਲ ਹੈ ਕਿ ਕੀਤਾ ਗਿਆ ਔਰ ਮਿਲਿਆ ਕਿ ਜੁਆਇਨ ਕਰਨ ਤੋਂ ਹਜੇ ਮਨਾ ਕੀਤਾ ਫਿਲਹਾਲ ਅੰਮ੍ਰਿਤਸਰ ਦੇ ਵਿੱਚ ਨੇ ਜੋ ਆਪਣੀ ਅਕੈਡਮੀ ਚਲਾ ਰਹੇ ਨੇ ਨਿਸ਼ਕਾਮ ਸੇਵਾ ਜੋ ਕਰ ਰਹੇ ਨੇ ਉਹ ਇਸ ਤਰ੍ਹਾਂ ਨਿਰੰਤਰ ਚੱਲਦੀ ਰਹੇਗੀ ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ ਜਗਬਾਣੀ ਟੀਵੀ ਅੰਮ੍ਰਿਤਸਰ